ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਆਪਾਂ ਇੱਕ ਨਵੇਂ ਵਿਸ਼ੇ ਤੇ ਵੀਡੀਓ ਬਣਾਉਣ ਲੱਗੇ ਆਂ ਜਿਵੇਂ ਆਪਣੇ ਕੋਲ ਤੁਹਾਡੇ ਕੋਲੇ ਕੋਈ ਗੱਡੀ ਆ BMW ਮੰਨ ਲਓ BMW ਦੀ ਵੀਡੀਓ ਉਹਦੇ ਲਈ ਬਣਾਉਣ ਲੱਗੇ ਆਂ ਆਪਾਂ ਹੈਨਾ ਤੁਸੀਂ ਸਟੀering ਆਟੋਮੈਟਿਕ ਗੱਡੀ ਆ ਜਿੱਦਾਂ ਸਟੀering ਵੀਲ ਤੁਹਾਡਾ ਸਿੰਪਲ ਆ ਹੈਨਾ ਜਿਵੇਂ ਮੈਂ ਤੁਹਾਨੂੰ ਦਿਖਾਉਣਾ ਹੈਨਾ ਤੇ ਜਿਹੜਾ ਆਪਾਂ ਨਵਾਂ ਲਿਆਂਦਾ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਉਹ ਆਪਾਂ ਨੂੰ ਮਿਲਿਆ 150 ਪਾਉਂਡ ਦਾ eBay ਤੋਂ ਠੀਕ ਆ ਜੀ ਪੈਡਲ ਸ਼ਿਫਟਰ ਵਾਲਾ ਜੇ ਤੁਸੀਂ ਗੇਅਰ ਚੇਂਜ ਹੱਥਾਂ ਦੇ ਵਿੱਚ ਰੱਖਣਾ ਜਿਵੇਂ ਜੇ ਤੁਸੀਂ ਆਟੋਮੈਟਿਕ ਨੂੰ ਮੈਨੂਅਲ ਤੇ ਚਲਾਣੇ ਹੋ ਤੇ ਹੱਥਾਂ ਦੇ ਵਿੱਚ ਹੀ ਉਹਦੇ ਗੇਅਰ ਜਿਵੇਂ ਸਪੋਰਟਸ ਗੱਡੀਆਂ ਦੇ ਹੁੰਦੇ ਆ ਹਨਾ ਚੇਂਜ ਕਰਨੇ ਆ ਹਨਾ ਬਹੁਤ ਈਜ਼ੀ ਸਟੈਪ ਆ ਹਨਾ ਮੈਂ ਉਦਾਂ ਗੱਡੀ ਹੁਣ ਖੋਲੀ ਹੋਈ ਆ ਪਰ ਮੈਂ ਤੁਹਾਨੂੰ ਸਾਰਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਪੂਰਾ ਫੁੱਲ ਪ੍ਰੋਸੀਜਰ ਦੱਸਦਾ ਵੀ ਕੀ ਕੀ ਚੀਜ਼ ਆ ਮੈਂ ਠੀਕ ਆ ਜੀ ਪਹਿਲਾਂ ਤਾਂ ਆਪਾਂ ਸਭ ਤੋਂ ਪਹਿਲਾਂ ਬਾਈ ਜੀ ਇਹਦੀ ਗੱਡੀ ਦੀ ਨਾ ਪਿੱਛੋਂ ਬੈਟਰੀ ਡਿਸਕਨੈਕਟ ਕਰਨੀ ਆ ਕਿਉਂਕਿ ਉਹ ਤਾਂ ਕਰਕੇ ਕਰਨੀ ਆਪਾਂ ਕਿਉਂਕਿ ਆਪਾਂ 에어 ਬੈਗ ਖੋਲਣਾ ਵਾ ਹੈ ਨਾ 에어 ਬੈਗ ਦਾ ਕੰਮ ਆ ਜੇ ਕਿਤੇ ਮਾੜੀ ਜਿਹੀ ਸ਼ਾਰਟਜ ਸ਼ੂਟੇਜ ਹੋ ਗਈ 에어 ਬੈਗ ਵੀ ਖੁੱਲ ਸਕਦਾ ਹੈ ਨਾ ਇਸ ਕਰਕੇ ਸਭ ਤੋਂ ਪਹਿਲਾਂ ਬੈਟਰੀ ਡਿਸਕਨੈਕਟ ਕਰਨੀ ਆ ਵੀਰ ਠੀਕ ਆ ਆ ਦੇਖੋ ਜੀ ਤੇ ਬੈਟਰੀ ਡਿਸਕਨੈਕਟ ਕਰਕੇ ਮੈਂ ਤੁਹਾਨੂੰ ਦੱਸ ਦਿੰਦਾ ਉਹ ਤੋਂ ਬਾਅਦ ਜਦੋਂ ਬੈਟਰੀ ਤੁਸੀਂ ਤਾਰ ਖੋਲਣੀ ਆ ਉਹ ਤੋਂ ਪਹਿਲਾਂ ਡਿੱਗੀ ਦਾ ਇੱਕ ਕੰਮ ਲਾਜ਼ਮੀ ਕਰਨਾ ਵਾ ਹੈ ਨਾ ਉਹ ਹੈਗਾ ਇਹ ਡਿੱਗੀ ਦੇ ਵਿੱਚ ਨਾ ਜਦੋਂ ਬੈਟਰੀ ਡਿਸਕਨੈਕਟ ਕਰਨੀ ਆ ਹੈਨਾ ਕਿਉਂਕਿ ਬੈਟਰੀ ਇਹਦੀ ਹੁੰਦੀ ਹੈ ਡਿੱਗੀ ਦੇ ਵਿੱਚ ਠੀਕ ਆ ਜੀ ਆ ਆ ਲੋਕੇਸ਼ਨ ਆ ਬੈਟਰੀ ਦੀ ਆ ਕਵਰ ਖੋਲਣਾ ਵਾ ਹੈਨਾ ਕਵਰ ਵੀ ਕੁਝ ਨਹੀਂ ਆ ਇਹਨੂੰ ਏਦਾਂ ਸਾਈਡ ਤੇ ਕਰਕੇ ਜਦਾਂ ਬਾਹਰ ਖੱਚ ਲੈਣਾ ਇੱਥੋਂ ਠੀਕ ਆ ਜੀ ਕਵਰ ਆ ਹੈਗੀ ਆ ਦੀ ਬੈਟਰੀ ਤੇ ਉਸ ਤੋਂ ਬਾਅਦ ਆ ਇੱਥੇ ਬੰਨ ਦੇਣਾ ਕੱਪੜਾ ਕਿ ਤਾਂਕਿ ਤੁਹਾਡੀ ਹੈਨਾ ਡਿੱਗੀ ਐਕਸੀਡੈਂਟਲੀ ਬੰਦ ਨਾ ਹੋ ਜੇ ਹੈਨਾ ਕਿਉਂਕਿ ਜਦੋਂ ਤੁਸੀਂ ਬੈਟਰੀ ਦੀ ਤਾਰ ਕੱਢਤੀ ਇੱਥੋਂ ਠੀਕ ਆ ਜੀ ਟਰਮੀਨਲ ਤੇ ਤੁਸੀਂ ਫੇ ਡਿੱਗੀ ਨਹੀਂ ਖੋਲਸਾ ਦੇ ਦੀ ਠੀਕ ਆ ਜੀ ਇਹ ਲਾਜ਼ਮੀ ਰੱਖਣਾ ਵੀ ਹੋ ਗਈ ਤੇ ਬੰਦ ਨਾ ਹੋਵੇ ਕੋਈ ਜਾਂ ਭਲੇਖੇ ਨਾਲ ਨਾ ਕਰ ਦਵੇ ਹਾਂ ਕੱਪੜਾ ਲਾਜ਼ਮੀ ਫਸਾ ਲੈਣਾ ਠੀਕ ਆ ਜੀ ਇਹ ਹੋ ਗਿਆ ਆ ਟਰਮੀਨਲ ਢਿੱਲਾ ਕਰਕੇ ਇਹਨੂੰ ਬਾਹਰ ਕੱਢ ਦੇਣਾ ਠੀਕ ਆ ਜੀ ਦੈਟ ਇਟ ਆ ਕੱਟ ਤਾਂ ਉਹ ਤੋਂ ਬਾਅਦ ਆ ਜਾਓ ਜੀ ਹੋਰ ਅੱਗੇ ਉਹ ਤੋਂ ਬਾਅਦ ਇੱਥੇ ਦੋ ਕਵਰ ਹੁੰਦੇ ਆ ਠੀਕ ਆ ਜੀ ਇਹ ਵਾਲੇ ਆ ਕਵਰ ਠੀਕ ਆ ਜੀ ਇਹ ਤੁਸੀਂ ਖੋਲ ਲੈਣੇ ਆ ਆ ਟੂਲ ਕਿਟਾ ਇਹ ਆਪਾਂ ਨੂੰ ਮਿਲੀ ਆ ਸਾਰੀ 12 12 ਪੌਂਡ ਦੀ ਹੈ ਨਾ ਇਬੇ ਤੋਂ ਇਹ ਵੀ ਇਹ ਬਾਹਰੋਂ ਤੁਸੀਂ ਲਉਂਗੇ ਬਾਹਰੋਂ 25 25 ਪੌਂਡ ਦੀਆਂ ਸਿਰਫ ਆ ਚਾਰਕ ਚੀਜ਼ਾਂ ਦੰਦੇ ਆ ਇਹਦੇ ਨਾਲ 200 ਪੀਸ ਆਇਆ ਵਾ ਬੜੀ ਵਧੀਆ ਚੀਜ਼ ਆ ਨਾਲੇ ਤੁਹਾਡਾ ਟੂਲ ਬਣ ਜਾਂਦਾ ਸਾਰੀ 12 ਗ ਪੌਂਡ ਦੀ ਆ ਠੀਕ ਆ ਜੀ ਤੇ ਹੁਣ ਨੰਬਰ 2 ਜਿਹੜੀ ਮੇਨ ਚੀਜ਼ ਆ ਹੈ ਨਾ ਜਦੋਂ ਤੁਸੀਂ ਪੈਡਲ ਸ਼ਿਫਟਰ ਆ ਆ ਨਾਟਾ ਜੀ ਇਹਨੂੰ 16 ਨੰਬਰ ਦੀ ਚਾਬੀ ਲੱਗਣੀ ਆ ਠੀਕ ਆ ਜੀ ਆ 16 ਨੰਬਰ ਦੀ ਆ ਖੋਲਿਆ ਜਦੋਂ 에어 에어 ਬੈਗ ਤੁਸੀਂ ਕੱਢਣਾ ਨਾ ਇਹਦੇ ਦੋ ਕਲਿੱਪ ਹੁੰਦੇ ਆ ਕਈ ਗੱਡੀਆਂ ਦੇ ਤਾਂ ਹੁੰਦਾ ਵਾ ਆ ਸਾਈਡ ਦੇ ਉੱਤੇ ਠੀਕ ਆ ਜੀ ਉਹ ਥੋੜਾ ਈਜੀ ਨਿਕਲ ਜਾਂਦਾ ਆ ਜਿਹੜੀ ਹੁਣ ਮੇਰੇ ਵਾਲੀ ਗੱਡੀ ਆ ਹੈਨਾ ਇਹਦੇ ਥੋੜਾ ਜਿ ਮੈਨੂੰ ਬੜਾ ਡਿਫਿਕਲਟ ਨਿਕਲ ਗਿਆ ਇੱਥੇ ਜਾ ਕੇ ਨਾ ਇੱਥੇ ਤੁਸੀਂ ਕੋਈ ਸਕਰੂ ਡਰਾਇਵਰ ਲੈ ਲੈਣਾ ਇੱਥੇ ਆਹ ਕਲਿੱਪ ਫਸੇ ਹੁੰਦੇ ਆ ਮੈਂ ਇੱਥੇ ਜਾ ਕੇ ਨਾ ਸਕਰੂ ਡਰਾਇਵਰ ਕਰਕੇ ਪਾ ਕੇ ਪਿੱਛੋਂ ਦੀ ਹੈਨਾ ਹੈ ਥੋੜਾ ਡਿਫਿਕਲਟਾ ਪਿੱਛੋਂ ਦੀ ਪਾ ਕੇ ਆ ਇਹਨੂੰ ਇਦਾਂ ਪੁਸ਼ ਕਰਨਾ ਦੇਖੋ ਮੇਂ ਉਂਗਲੀ ਦਿਖ ਰਹੀ ਹੈ ਨਾ ਇਦਾਂ ਇਦਾਂ ਪੁੱਛ ਕਰਤਾ 에어 ਬੈਗ ਤੁਹਾਡਾ ਇੱਕ ਇਧਰੋਂ ਦਾ ਇੱਕ ਇਧਰ ਆ ਗਿਆ ਠੀਕ ਹੈ ਜੀ ਉਸ ਤੋਂ ਬਾਅਦ ਦੋ ਛੂਆਂ ਇੱਥੇ ਲੱਗੀਆਂ ਹੋਣੀਆਂ ਜੀ ਇਹ ਕੱਢ ਲੈਣੀਆਂ ਨੇ ਤੇ ਆਹ ਛੂ ਕੱਢ ਲੈਣੀ ਆ ਠੀਕ ਹੈ ਜੀ ਹਨਾ ਤੁਸੀਂ ਖੋਲਣਾ ਸਟੀਰਿੰਗ ਇਦਾਂ ਥੱਲੇ ਕਰਕੇ ਲੱਤਾਂ ਫਸਾ ਕੇ ਪੂਰੇ ਕਿਉਂਕਿ ਜ਼ੋਰ ਲੈਣਾ ਇਹਨੇ ਪੂਰਾ ਹੈਨਾ ਫੇਰ ਇਹਨੇ ਖੋਲਣਾ ਠੀਕ ਹੈ ਜੀ ਉਸ ਤੋਂ ਬਾਅਦ ਆ ਦੇਖੋ ਜੀ ਆ ਆ ਲੱਗਿਆ ਨਾ ਜਦੋਂ ਦੁਬਾਰੇ ਦੂਆ ਫਿੱਟ ਕਰਨਾ ਇਹ ਨਿਸ਼ਾਨ ਆ ਬਸ ਇਹਦੇ ਬਰਾਬਰ ਤੁਸੀਂ ਪਾ ਦੇਣਾ ਵਾ ਠੀਕ ਹੈ ਜੀ ਆ ਨਿਸ਼ਾਨ ਨਾਲ ਨਿਸ਼ਾਨ ਮਲਾ ਕੇ ਮੈਨੂੰ ਲੱਗਦਾ ਤੁਹਾਨੂੰ ਮਿਲ ਦਿਖ ਰਿਹਾ ਹੋਣਾ ਹੈ ਨਾ ਆ ਨਿਸ਼ਾਨ ਆ ਤੇ ਉਦਾਂ ਹੀ ਅੱਗੇ ਲਿਖਿਆ ਹੋਇਆ ਕੈਮਰੇ 'ਚ ਨਹੀਂ ਪ੍ਰੋਪਰ ਵਿਜੀਬਲ ਹੋ ਰਿਹਾ ਪਰ ਇੱਥੇ ਆ ਦੇਖੋ ਸਾਹਮਣੇ ਹੋ ਰਿਹਾ ਸੌਰੀ ਵਿਜੀਬਲ ਵੀ ਉੱਥੇ ਪਾ ਦੇਣਾ ਠੀਕ ਹੈ ਜੀ ਇਹ ਤਾਂ ਹੈਗਾ ਜੀ ਦੇਖੋ ਬਹੁਤ ਈਜ਼ੀ ਸਟੈਪ ਹੈ ਨਾ ਆ ਕੱਢ ਲੈਣਾ ਸਟੀਅਰਿੰਗ ਤੇ ਦੂਜਾ ਪਾ ਦੇਣਾ ਠੀਕ ਹੈ ਜੀ ਤੇ ਮੇਨ ਸਟੈਪ ਆ ਜਿਹੜਾ ਉਹ ਮੈਂ ਤੁਹਾਨੂੰ ਦਿਖਾਉਂਗਾ ਬਾਅਦ ਚ ਕਈ ਗੱਡੀਆਂ ਦੇ ਤਾਂ ਆਲਰੇਡੀ ਇਹਦੀ ਵਾਇਰ ਪਈ ਹੁੰਦੀ ਆ ਠੀਕ ਹੈ ਜੀ ਕਈ ਗੱਡੀਆਂ ਤੇ ਨਹੀਂ ਪਈ ਹੁੰਦੀ ਹੈਗੀ ਵਾਇਰ ਹੈ ਨਾ ਤੇ ਵਾਇਰ ਵੀ ਜੇ ਨਹੀਂ ਪਈ ਹੋਈ ਉਹ ਵੀ ਬੜੀ ਈਜੀ ਆ ਪਾਣੀ ਕੋਈ ਬੜੀ ਵਾਲੀ ਗੱਲ ਨਹੀਂ ਹੈਗੀ ਕਨੈਕਟਰ ਤੁਹਾਨੂੰ ਮਿਲ ਜਾਣੇ ਆ ਉਹ ਵੀ ਈਬੇ ਤੋਂ ਹੈਨਾ ਮੈਂ ਪਾਰਟ ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੂੰਗਾ ਸਾਰਾ ਹੈਨਾ ਸਾਰੇ ਲਿੰਕ ਮੈਂ ਪਾ ਦੂੰਗਾ ਜਿੱਥੋਂ ਜਿੱਥੋਂ ਮੈਂ ਸਮਾਨ ਖਰੀਦੇ ਆ ਤੁਹਾਡਾ 160 60 ਪਾਉਂਡ ਦਾ ਖਰਚਾ ਟੋਟਲ ਉਦਾਂ ਵਿੱਚ ਮਹਿੰਗੇ ਵੀ ਮਿਲਦੇ ਆ ਸਟੀering ਪਰ ਮੇਰਾ ਇੰਨਾ ਆਇਆ ਵਾ ਹੈਨਾ ਵਿੱਚ ਤਾਂ ਕਈ ਲੋਕਾਂ ਨੇ 3 300 ਪਾਉਂਡ ਦੇ ਵੀ ਲਾਏ ਹੋਏ ਆ ਤੇ ਸਟੀering ਵੀ ਤੁਸੀਂ ਤੁਹਾਡਾ ਇਹੀ ਰੱਖ ਸਕਦੇ ਹੋ ਹੈਨਾ ਜਿਹੜਾ ਇਹ ਵਾਲਾ ਵਾ ਕਿਉਂਕਿ ਉਹਦੇ ਸਿਰਫ ਤੁਹਾਨੂੰ ਮੈਂ ਦਿਖਾਨਾ ਅੱਗੇ ਆ ਥੱਲੋਂ ਆ ਕਾਰ ਟਾਪ ਆ ਜਾ ਖੁੱਲੇ ਜਾਣਾ ਮੈਂ ਇਧਰੋਂ ਹੈ ਨਾ ਮੈਂ ਤੁਹਾਨੂੰ ਦੁਕਾਨਾ ਬਾਅਦ ਚ ਤੇ ਮਤਲਬ ਇਹਦੇ ਹੀ ਪੈਡਲ ਸ਼ਿਫਟਰ ਵੀ ਲੱਗ ਸਕਦੇ ਆ ਉਹ ਉਹ ਜੇ ਤੁਸੀਂ ਮੰਗਾਨੇ ਹੋ ਉਹ ਵੀ ਤੁਹਾਨੂੰ ਪੈਡਲ ਸ਼ਿਫਟਰ ਜੇ ਇਕੱਲੇ ਤੁਸੀਂ ਮੰਗਾਨੇ 50 ਪਾਉਂਡ ਦੇ ਪੈਡਲ ਸ਼ਿਫਟਰ ਆ ਨਾ ਜਿੱਦਾਂ ਤੇ 20 ਕ ਪਾਉਂਡ ਦਾ ਕਵਰ ਪਰ ਉਹ ਵੀ ਉਨੇ ਜੀ ਪੈ ਜਾਂਦਾ ਵਾ ਪਰ ਮੈਂ ਪੂਰਾ ਸਟੀering ਕਿਉਂ ਮੰਗਾਇਆ ਵਾ ਮੈਂ ਤੁਹਾਨੂੰ ਦੱਸਦਾ ਤੇ ਮੁੜ ਕੇ ਤਾਂ ਅੱਠੇ ਇਹਦੇ ਤੇ ਪੈਸੇ ਵੀ ਨਹੀਂ ਲੱਗਣੇ ਹੈਗੇ ਜੇ ਤੁਹਾਨੂੰ ਫੁੱਲ ਸਟੀering 150 ਦਾ ਮਿਲਦਾ ਨਾ ਉਹ ਲੈ ਲਿਓ ਵਧੀਆ ਵਾ ਕਿਉਂਕਿ ਜਿਹੜਾ ਮੇਰਾ ਇਹ ਸਟੀering ਹੈ ਇਹ ਵੀ ਮੇਰਾ 100 ਪਾਉਂਡ ਦਾ 120 ਪਾਉਂਡ ਦਾ ਆਰਾਮ ਨਾਲ ਹੱਸ ਕੇ ਵਿਕ ਜਾਣਾ ਹੈ ਨਾ ਜਿਹੜਾ ਕੱਲਾ ਸਟੀering ਵਿੱਚ 에য়ার ਬੈਗ ਮੈਨੂੰ ਸਾਰਾ 145 ਪਾਉਂਡ ਚ ਮਿਲਿਆ ਵਿੱਚੇ ਪੈਡਲ ਸ਼ਿਫਟਰ ਲੱਗੇ ਹੋਏ ਹੈ ਨਾ ਪਰ ਜਿਹੜਾ ਇਹ ਵੀ ਹੈ ਮੇਰਾ ਇਹ ਵੀ 120 30 ਪਾਉਂਡ ਦਾ 150 ਦਾ ਇਹ ਵੀ ਨਿਕਲ ਜਾਏ ਹੈ ਨਾ ਇਹ ਵੀ ਉਹਨਾਂ ਆਪਣਾ ਹੱਸ ਕੇ ਨਿਕਲ ਜਾਣਾ ਤੇ ਮੈਨੂੰ ਬਿਲਕੁਲ ਫਰੀ ਦੇ ਵਿੱਚ ਮੇਰੇ ਪੈਡਲ ਸ਼ਿਫਟਰ ਲੱਗੇ ਠੀਕ ਹੈ ਜੀ ਆਜੋ ਅੱਗੇ ਬਾਕੀ ਹੁਣ ਮੈਂ ਤੁਹਾਨੂੰ ਆ ਮੈਂ ਲੱਗਿਆ ਹੁਣ ਕਰਨਾ ਤੁਹਾਨੂੰ ਮੇਨ ਮੇਨ ਦੱਸਤੇ ਬਾਕੀ ਬਾਅਦ ਚ ਮੈਂ ਤਾਂ ਉੱਥੇ ਅੰਦਰ ਜਾ ਕੇ ਦੱਸਦਾ ਵਾਂ ਵੀ ਇਹ ਇਹਦੇ ਕਿਵੇਂ ਜੇ ਤੁਸੀਂ ਪੁਰਾਣਾ ਸਟੀering ਦੇ ਲਾਣੇ ਆ ਤਾਂ ਕਿੱਦਾਂ ਤੁਸੀਂ ਪੈਡਲ ਸ਼ਿਫਟਰ ਲਾਣੇ ਆ ਤੇ ਕੀ ਕੀ ਤੁਸੀਂ ਮੰਗਵਾਣਾ। ਕਾਰਨਟ ਖੋਲ ਕੇ ਨਾ ਜੀ ਇਹਨੂੰ ਆ ਬਾਹਰ ਕੱਢ ਲੈਣਾ ਠੀਕ ਆ ਜੀ ਇਦਾਂ। ਇਦਾਂ ਬਾਹਰ ਆ ਜਾਣਾ ਇਹ। ਬਸ ਜਸਟ ਇਦਾਂ ਬਾਹਰ ਕੱਢ ਲਿਆ। ਤੇ ਆਹ ਵਾ ਜਿਹੜਾ ਆਹ ਵਾਲਾ ਖੋਲ ਲੈਣਾ ਕਲਿੱਪ। ਇਹਨੂੰ ਇੱਥੋਂ ਉਸ ਕਰਕੇ ਠੀਕ ਹੈ ਜੀ ਇਹਨੂੰ ਆ ਕਲਿੱਪਰ ਨੂੰ ਪਿੱਛੇ ਕਰਕੇ ਆ ਬਾਹਰ ਕੱਢ ਲੈਣਾ ਆ ਬਾਹਰ ਕੱਢ ਲੈਣਾ ਇਦਾਂ ਬਾਹਰ ਆ ਜਾਣਾ ਠੀਕ ਹੈ ਜੀ ਇਹਨੂੰ ਬੜਾ ਪਿਆਰ ਨਾਲ ਕੱਢਣਾ ਵਾ ਵੀ ਟੁੱਟ ਨਾ ਜਾਵੇ ਤੁਹਾਡਾ ਇਹ ਠੀਕ ਹੈ ਜੀ ਆ ਬਾਹਰ ਕੱਢ ਲਿਆ ਹੁਣ ਜੀ ਕੀ ਕਰਨਾ ਵਾ ਇਹਦੇ ਨਾਲ ਇੱਥੇ ਇੱਕ ਮੈਂ ਤੁਹਾਨੂੰ ਦਿਖਾਣਾ ਛੋਟੇ ਜਿਹੇ ਲੋਕ ਨੇ ਇੱਕ ਸੈਕਿੰਡ ਇਹਦਾ ਹੋ ਨਹੀਂ ਰਿਹਾ ਗਿਆ ਇਹ ਆ ਸੀਗੇ ਲੋਕ ਆ ਲੋਕ ਨੇ ਜੀ ਠੀਕ ਹੈ ਜੀ ਆ ਇਧਰੋਂ ਪ੍ਰੈਸ ਕਰ ਦੇਣਾ ਤੇ ਇਹਨੇ ਬਾਹਰ ਆ ਜਾਣਾ ਮੈਂ ਆ ਸੀਗੇ ਜੀ ਨੰਬਰ ਇਹਦੇ ਹੁੰਦੇ ਆ ਸਿੱਖਰੇ ਆ ਜੀ ਆ 7 ਤੋਂ 12 ਇਧਰ ਤੇ ਆਪਣੇ ਆ ਹੋ ਗਏ ਜੀ 1 ਤੋਂ 6 ਤੱਕ ਠੀਕ ਹੈ ਜੀ ਆ ਆਪਾਂ ਨੂੰ ਚਾਹੀਦੀ ਆ ਤਿੰਨ ਨੰਬਰ ਪਿੰਨ ਦੇ ਵਿੱਚ ਠੀਕ ਹੈ ਜੀ 1 2 3 ਇਹ ਆਪਣੀ ਆਲਰੇਡੀ ਮੇਰੀ ਗੱਡੀ 'ਚ ਹੈਗੀ ਆ ਵਾਇਰ ਆ ਗ੍ਰੀਨ ਕਲਰ ਦੀ ਵਾਇਰ ਹੁੰਦੀ ਆ ਠੀਕ ਆ ਜੀ ਜੇ ਇਨ ਕੇਸ ਨਾ ਵੀ ਹੋਵੇ ਹਨਾ ਫਿਰ ਮੈਂ ਤੁਹਾਨੂੰ ਦੱਸਦਾ ਵਾ ਇੱਥੇ 3 ਨੰਬਰ 'ਚ ਠੀਕ ਆ ਜੀ ਉਹ ਕਰ ਲੈਣੀ ਆ ਬਾਹਰ ਪਾ ਲੈਣੀ ਆ ਤੇ ਆ ਆਪਾਂ ਚੀਜ਼ਾਂ ਖੋਲ ਕੇ ਉਹ ਸੀਗਾ ਉਹ ਮੈਂ ਖੋਲਿਆ ਹੋਇਆ ਉਧਰੋਂ ਵੀ ਤੁਹਾਨੂੰ ਦੱਸ ਦਾਂ ਉਧਰ 5 ਨੰਬਰ ਦੇ ਵਿੱਚ ਬਾਹਰ ਪਾ ਕੇ ਆ ਪਿੱਛੋਂ ਲਿਆ ਕੇ ਇਹਦੇ 'ਚ ਕਨੈਕਟ ਕਰ ਦੇਣੀ ਆ ਆਹ ਵਾਇਰ ਦੇ ਵਿੱਚ ਦੀ ਤੇ ਤੁਹਾਡੇ ਪੈਡਲ ਸ਼ਿਫਟਰ ਆਨ ਆ ਸਾਰਾ ਹੁਣ ਮੈਂ ਤੁਹਾਨੂੰ ਫਿੱਟ ਕਰਕੇ ਦਿਖਾਣਾ ਸਟੀering wheel ਵਗੈਰਾ ਮੈਂ ਆ ਹੁਣ ਫਿੱਟ ਕਰਨਾ ਮੈਂ ਨੇਹਰਾ ਵੀ ਚੰਗਾ ਹੋ ਗਿਆ ਵਾ ਹਨਾ ਜੀ ਤੇ ਉਹ ਤੋਂ ਬਾਅਦ ਫਿਰ ਕੋਡਿੰਗ ਕਰਨੀ ਪੈਂਦੀ ਆ ਹਨਾ ਕਈ ਗੱਡੀਆਂ ਨੂੰ ਲੋਡ ਵੀ ਨਹੀਂ ਹੁੰਦੀ ਕੋਡਿੰਗ ਦੀ ਕਈਆਂ ਨੂੰ ਕਰਨੀ ਪੈਂਦੀ ਆ ਹੁਣ ਦੇਖਦੇ ਆ ਆਪਣੀ ਨੂੰ ਪੈਂਦੀ ਆ ਲੋਡ ਕੋਡਿੰਗ ਦੀ ਜਾਂ ਨਹੀਂ ਚੈੱਕ ਕਰਕੇ ਠੀਕ ਆ ਜੀ ਆ ਤੁਸੀਂ ਮੁਰਕ ਕੇ ਉਦਾਂ ਹੀ ਵਿੱਚ ਇਹਦੇ ਆ ਕਲਿੱਪ ਪਾ ਦੇਣਾ ਠੀਕ ਆ ਜੀ ਇਹਦੇ ਵਿੱਚ ਕਰ ਦੇਣਾ ਆ ਲਓ ਜੀ ਠੀਕ ਆ ਜੀ ਦੈਟਸ ਇਟ ਜੌਬ ਡਨ ਬੜੇ ਪਿਆਰ ਨਾਲ ਪਾਣਾ ਜੀ ਹੈਨਾ ਲਓ ਜੀ ਕਲਿੱਕ ਦੈਟਸ ਇਟ ਤੇ ਇਹਨੂੰ ਜੀ ਆਪਣਾ ਇੱਥੇ ਵਾਪਸੀ ਤੇ ਆ ਜੀ ਹੁੰਦਾ ਵਾ ਹਿੱਟਰ ਸਟੀering ਦਾ ਠੀਕ ਆ ਜੀ ਆਹ ਪਾਰਟ ਜੇ ਤੁਹਾਡੀ ਗੱਡੀ ਦਾ ਹਿੱਟਰ ਸਟੀering ਆ ਤਾਂ ਇੱਥੇ ਉਹਦੀ ਵਾਇਰ ਲੱਗਣੀ ਆ ਠੀਕ ਆ ਜੀ ओके जी हां जी ਆ ਹੁਣ ਲੱਗੇ ਆਪਾਂ ਸਟੀering ਫਿੱਟ ਕਰਨੇ ਠੀਕ ਆ ਜੀ ਇੱਥੇ ਨਾ ਇੱਥੇ ਹਲਕਾ ਜਿਹਾ ਟੱਕਾ ਠੀਕ ਆ ਜੀ ਆ ਸੀਗਾ ਤੇ ਉਧਰੋਂ ਟੱਕ ਹੈਗਾ ਇੱਥੇ ਆਹ ਦੇਖੋ ਮੇਰੀ ਜਿੱਥੇ ਉਂਗਲੀ ਆ ਆਹ ਇਹ ਬਿਲਕੁਲ ਨਾਲ ਮਲਾ ਕੇ ਠੀਕ ਆ ਜੀ ਫਿੱਟ ਕਰਨਾ ਵਾ ਤੁਹਾਡੀ ਸਟੀering ਦੀ ਅਲਾਈਨਮੈਂਟੋ ਬਿਲਕੁਲ ਓਕੇ ਆਊਗੀ ओके जी चलो आ ਹੁਣ ਕਰਦੇ ਆ ਠੀਕ ਆ ਜੀ ਹੁਣ ਮੇਰੇ ਹੱਥ ਚ ਨਾ ਮੇਤੂ ਮੋਬਾਈਲ ਨਹੀਂ ਫੜਿਆ ਜਾ ਰਿਹਾ ਮੈਂ ਤੁਹਾਨੂੰ ਦਿਖਾਤਾ ਹੁਣ ਵਿੱਚ ਸਟੀering ਫਿੱਟ ਕਰਕੇ ਤੁਹਾਨੂੰ ਦਿਖਾਣਾ ਠੀਕ ਆ ਜੀ ਹਲੋ ਜੀ ਠੀਕ ਆ ਮੈਚ ਹੋ ਗਿਆ ਬਿਲਕੁਲ ਆ ਦੇਖੋ ਆ ਲੈਂਦੇ ਨਾਲ ਟੱਕ ਦੇ ਨਾਲ ਟੱਕ ਦੱਸ ਸਤ ਚਲੋ ਜੀ ਆਪਣਾ ਹੋ ਗਿਆ ਜੀ ਫਿੱਟ ਸਟੀering wheel ਤੇ ਗਿਆ ਪਤਾ ਨਹੀਂ ਗਿਆ ਦੱਸ ਸਤ ਓਕੇ ਜੀ ਚਲੋ ਹੁਣ ਤਿਆਰ ਨਾਲ ਹੱਥ ਨਾਲ ਨਟ ਕਸਣਾ ਵਾ ਬਿਲਕੁਲ ਐ ਕੋਲੋ ਜੀ ਕਈਆ ਹੁਣ ਮੈਂ ਨਟ ਟਾਈਟ ਕਰ ਦਾਂ ਦਾ ਸੈਟ ਹਾਂਜੀ ਵੀਰੋ ਜੌਬ ਹੋ ਗਈ ਐ ਡਾਨ ਆਪਣੀ ਪੈਡਲ ਸ਼ਿਫਟਰ ਵਾਲੀ ਆਪਾਂ ਨੂੰ ਆਪਣੇ ਸਟੀering ਤੇ ਨਹੀਂ ਲਾਣ ਲੱਗੇ ਹੈਗੇ ਹੈ ਨਾ ਜਦੋਂ ਫਿੱਟ ਨਹੀਂ ਆਏ ਪੈਡਲ ਸ਼ਿਫਟਰ ਜਿਹੜਾ ਸਟੀering ਆਇਆ ਸੀ ਉਹੀ ਲਾਣਾ ਪਿਆ ਆ ਮੈਂ ਤੁਹਾਨੂੰ ਦਿਖਾਣਾ ਵਾਂ ਤੇ ਆਹ ਕਰੋ ਚੈੱਕ ਕਰਾਂ ਵੀਰ ਜੀ ਆ ਲਾਤਾ ਜੀ ਠੀਕ ਹੈ ਜੀ ਦੇਖੋ ਆ ਸੀਗੇ ਪੈਡਲ ਸ਼ਿਫਟਰ ਆ ਹੋ ਗਿਆ ਪੂਰਾ ਸਟੀering ਫਿੱਟ ਐਦਾਂ ਹੁਣ ਲੁੱਕਾ ਇਹਦੇ ਨਾਲ ਹੀ ਹੁਣ ਗੇਅਰ ਚੇਂਜ ਹੁੰਦੇ ਆ ਦੇਖੋ ਤੇ ਆਪਾਂ ਜਿਹੜੀ ਤੁਹਾਨੂੰ ਵਾਇਰ ਦਾ ਦੱਸਿਆ ਹੈ ਨਾ ਉਹ ਵਾਇਰ ਬਾਕੀ ਤਾਂ ਮੈਂ ਤੁਹਾਨੂੰ ਸਾਰਾ ਪ੍ਰੋਸੈਸ ਦੱਸਤਾ ਵਾ ਇੱਕ ਮਿੰਟ ਮੈਂ ਹੁਣ ਉਧਰ ਨੂੰ ਉਤਰ ਕੇ ਆਨਾ ਇੱਕ ਮਿੰਟ ਮੈਂ ਤੁਹਾਨੂੰ ਉਹ ਵੀ ਕਲਿੱਪ ਚ ਵੀ ਦੱਸੀ ਦੰਨਾ ਵਾ ਵੀ ਕਿੱਥੋਂ ਕਿਦਾਂ ਮੈਂ ਸਾਬ ਕਿਤਾਬ ਇਹ ਕ ਜ ਸਟੀering ਅਲੋ ਮੈਂ ਤੁਹਾਨੂੰ ਦਿਖਾਤੀ ਆ ਵੀ ਕਿੱਧਰ ਲੱਗਣੀ ਆ ਵਾਇਰ ਹੈ ਨਾ ਇੱਧਰ ਆ ਦੇਖੋ ਆ ਜਿਹੜਾ ਮੇਰੇ ਹੱਥ ਫੜਿਆ ਹੋਇਆ ਹੈ ਨਾ ਜੀ ਇੱਧਰੋਂ ਆਹ ਕਲਿੱਪ ਆ ਠੀਕ ਹੈ ਜੀ ਇਹ ਵਾਲਾ ਵਾਈਟ ਕਲਰ ਦਾ ਇਹਨੂੰ ਇੱਥੋਂ ਕੱਢ ਲੈਣਾ ਵਾ ਹੈ ਨਾ ਆਹ ਚੀਜ਼ ਦੱਬ ਕੇ ਆਹ ਬਾਟਣਾ ਆਹ ਦੱਬ ਕੇ ਆ ਇੱਕ ਆ ਲੋ ਜੀ ਆ ਗਿਆ ਬਾਹਰ ਕਲਿੱਪ ਠੀਕ ਹੈ ਜੀ ਆਹ ਕਲਿੱਪ ਆ ਗਿਆ ਬਾਹਰ ਠੀਕ ਹੈ ਫਿਰ ਤੇ ਹੁਣ ਇਹਦੇ ਚੋਂ ਨਾ ਆ ਆ ਜਿਹੜੇ ਨੇ ਆਹਾ ਆ ਦੱਬ ਕੇ ਹੈਨਾ ਆ ਲੌਕ ਇਧਰ ਕਰਕੇ ਆਪਾਂ ਬਾਹਰ ਖਿੱਚ ਲੈਣੀ ਆ ਆ ਲੋ ਜੀ ਆ ਬਾਹਰ ਖਿੱਚ ਲਈ ਠੀਕ ਹੈ ਜੀ ਠੀਕ ਹੈ ਜੀ ਆ ਆ ਕਲਿੱਪ ਬਾਹਰ ਕੱਢ ਲੈਣਾ ਵਾ ਤੇ ਇਧਰੋਂ ਹੁਣ ਆ ਤੁਹਾਨੂੰ ਵਾਇਰ ਦਾ ਨੰਬਰ ਦਿਖਾਣਾ ਮੈਂ ਆ ਨੰਬਰ ਇਹਦੇ ਤੇ ਲਿਖੇ ਹੋਏ ਨੇ ਠੀਕ ਹੈ ਜੀ 37 ਤੋਂ 54 ਆ ਵਾ ਇੱਕ ਆ ਸੀ 1 ਤੋਂ ਲੈ ਕੇ ਆ 18 ਤੱਕ ਲਿਖੇ ਹੋਏ ਆ ਠੀਕ ਆ ਆਪਾਂ ਨੂੰ ਬਾਹਰ ਚਾਹੀਦੀ ਆ ਪੰਜ ਨੰਬਰ ਚ ਇਧਰ 1 2 3 4 5 ਇਹਦੇ ਆਪਣੇ ਆਲਰੇਡੀ ਉਹ ਗ੍ਰੀਨ ਵਾਇਰ ਪਈ ਹੋਈ ਆ ਜੇ ਨਾ ਵੀ ਪਈ ਹੋਵੇ ਕੋਈ ਵੱਡੀ ਨਹੀਂ ਗੱਲ ਮੈਂ ਤੁਹਾਨੂੰ ਕਲਿੱਪ ਦਿਖਾ ਦਿੰਨਾ ਜਿਹੜੇ ਮੰਗਾਏ ਆ ਛੋਟੇ ਛੋਟੇ ਹਨਾ ਉਹਦੇ ਚ ਵਾਇਰ ਫਿੱਟ ਕਰਕੇ 5 ਨੰਬਰ ਚ ਬਸ ਕਲਿੱਪ ਕਲਿੱਪ ਇੱਥੇ ਨਾ ਆਹ 5 ਨੰਬਰ ਦੇ ਵਿੱਚ ਆਹ ਸੀਗਾ 5 ਨੰਬਰ ਠੀਕ ਆ ਜੀ ਇਹਦੇ ਵਿੱਚ ਬਸ ਕਲਿੱਕ ਕਰ ਦੇਣਾ ਵਾ ਦੈਟਸ ਇਟ ਤੇ ਆ ਹੋ ਗਿਆ ਜੀ ਤੇ ਇੱਥੋਂ ਬਾਹਰ ਕਰਕੇ ਕਲਿੱਪ ਵਿੱਚ ਹੈ ਨਾ ਠੀਕ ਹੈ ਜੀ ਇਹਦੇ ਤੇ ਵਾਇਰ ਪਾ ਕੇ ਤੇ ਨਾਲ ਉਤੋਂ ਬਾਅਦ ਆਹ ਕਲਿੱਪ ਚੜਾ ਦੇਣਾ ਵਾ ਆਹ ਆ ਦੇਖੋ ਜੀ ਐਨ ਕਲਿੱਕ ਕਰ ਦੇਣਾ ਠੀਕ ਹੈ ਜੀ ਇਹ ਕਰਤਾ ਤੇ ਇਹਨੂੰ ਮੁੜ ਕੇ ਫੇਰ ਠੀਕ ਹੈ ਜੀ ਆਹ ਦੇਖੋ ਜੀ ਕਲਿੱਪ ਇਹਦੇ ਚ ਪਾ ਕੇ ਤੇ ਇਦਾਂ ਵਿੱਚ ਦੀ ਪਾ ਕੇ ਆ ਨਾ ਹਥੇਰ ਚੰਗੀ ਤਰ੍ਹਾਂ ਕਰ ਦੇਣਾ ਠੀਕ ਹੈ ਜੀ ਕਲਿੱਕ ਇਦਾਂ ਆ ਲੱਗ ਗਿਆ ਆਪਣਾ ਠੀਕ ਹੈ ਜੀ ਇੱਥੇ ਉਸ ਤੋਂ ਬਾਅਦ ਬਾਹਰ ਜਦੋਂ ਜੇ ਤੁਹਾਨੂੰ ਵੈਸੇ ਤਾਂ ਮੇਰੇ ਹਿਸਾਬ ਨਾਲ ਤੁਹਾਨੂੰ ਪਾਣੀ ਨਹੀਂ ਪੈਣੀ ਠੀਕ ਹੈ ਜੀ ਬਾਹਰ ਇੱਥੋਂ ਖੋਲ ਕੇ ਜੇ ਪਾਣੀ ਵੀ ਪਈ ਇੱਥੋਂ ਆ ਕਰਕੇ ਇੱਧਰ ਬਾਹਰ ਲਾ ਲੈਣੀ ਆ ਤੇ ਇਧਰੋਂ ਦੀ ਪਿੱਛੇ ਲੈ ਜਾਣੀ ਆ ਵਿੱਚ ਠੀਕ ਹੈ ਜੀ ਵਿੱਚ ਦੀ ਆਹ ਆ ਤੁਹਾਨੂੰ ਖੋਲਣੇ ਪੈਣੇ ਆ ਦੋ ਤਿੰਨ ਨਟ ਹੋਣੇ ਆ ਐਸੇ ਤੇ ਇਹਦੀ ਵੀ ਮੈਂ ਸਪੈਸ਼ਲ ਇੱਕ ਵੀਡੀਓ ਬਣਾ ਕੇ ਪਾ ਦੂੰਗਾ ਤੇ ਥੱਲੋਂ ਆ ਦੋ ਨਾਟ ਇੱਥੇ ਹੁੰਦੇ ਆ ਤਾਂ ਆਪਾਂ ਲੱਗਿਆ ਹੁੰਦਾ ਵਾ ਉਹ ਖੋਲਣੇ ਪੈਂਦੇ ਆ ਹਨ ਤੇ ਆਹ ਟਰਿਮ ਪੱਟਣੀ ਪੈਂਦੀ ਆ ਆਹ ਸਾਈਡ ਟਰਿਮ ਪੱਟਣੀ ਪੈਂਦੀ ਆ ਠੀਕ ਆ ਜੀ ਆਹ ਇੰਨੀ ਕ ਜਵਾਬ ਤੇ ਆਜੋ ਹੁਣ ਕਰਕੇ ਆਪਾਂ ਦੇਖੀਏ ਸਟਾਰਟ ਠੀਕ ਆ ਜੀ ਹਲੋ ਹੁਣ ਕਰੀਏ ਸਟਾਰਟ ਚੈੱਕ ਕਰੀਏ ਕਿਦਾਂ ਹਨ ਬਈ ਕੋਡਿੰਗ ਮੈਂ ਕਰ ਲਈ ਆ ਓਦਾਂ ਹਨਾ ਕੋਡਿੰਗ ਦਾ ਹੁਣ ਹਨੇਰਾ ਹੋਇਆ ਹੋਇਆ ਇਹਦੀ ਮੈਂ ਸਪੈਸ਼ਲ ਵੀਡੀਓ ਬਣਾਉਂਗਾ ਕੋਡਿੰਗ ਦੀ ਹੈਨਾ ਕਿਉਂਕਿ ਉਹ ਥੋੜਾ ਜਿਹਾ ਪ੍ਰੋਸੈਸ ਉਹ ਕੱਲਾ علیحدਾਂ ਸਮਝਾਉਣ ਵਾਲਾ ਇਦਾਂ ਵੀਡੀਓ ਬਹੁਤ ਲੰਮੀ ਹੋ ਜਾਣੀ ਆ ਕਿਉਂਕਿ ਉਹ 10 ਮਿੰਟ ਦੀ ਕੱਲੀ ਵੀਡੀਓ ਆ ਹੈਨਾ ਕੋਡਿੰਗ ਦਾ ਵੀ ਮੈਂ ਦੱਸ ਦੂੰਗਾ ਤੁਹਾਨੂੰ ਕਿੱਦਾਂ ਹੋਣੀ ਆ ਹੁਣ ਆਪਦੇ ਚੱਲਦੇ ਹੋ ਗਏ ਆ ਆ ਦੇਖੋ ਜੀ ਠੀਕ ਹੈ ਜੀ ਇਹ ਗੱਡੀ ਪਾਈ ਡਰਾਈਵ ਦੇ ਵਿੱਚ ਤੇ ਉਧਰ ਕੀਤੀ ਮੈਨੂਅਲ ਤੇ ਠੀਕ ਹੈ ਜੀ ਆ ਦੇਖੋ ਜੀ ਆ ਆਪਣੇ ਇੱਥੋਂ ਆ ਹੋ ਗਈ ਆ ਬਦਲ ਦੇ ਆ ਦੇਖੋ ਜੀ ਲੱਗੇ ਗੇਅਰ ਪੈਣ ਇੱਥੋਂ ਹੱਥ ਤੋਂ ਆ ਦੇਖੋ ਤੇ ਇਧਰੋਂ ਨਿਕਲਦੇ ਆ ਠੀਕ ਆ ਜੀ ਇਹਦੇ ਤੋਂ ਆਇਦੋਂ ਨਿਕਲਦੇ ਆ ਇਹ ਤੋਂ ਪੈਂਦੇ ਆ ਇਧਰਲੇ ਤੋਂ ਪੈਂਦੇ ਆ ਪਲੱਸ ਤੋਂ ਮਾਈਨਸ ਤੋਂ ਨਿਕਲਦੇ ਆ ਆ ਇੰਨੀ ਕੁ ਜੌਬ ਆ ਜੀ ਜਿਹੜੀ ਕੋਡਿੰਗ ਕਰਨੀ ਆ ਨਾ ਆ ਵੀਰੇ ਮੰਗਾਣਾ ਪੈਂਦਾ ਵਾ ਇਹ ਆਪਣਾ ਆਇਆ 22 ਕਿਪੌਂਡ ਦਾ ਆਇਆ ਵਾ ਇਹ ਹੈ ਨਾ ਇਹ ਵਾਲਾ ਤੇ 50 ਪਾਉਂਡ ਦਾ ਮੈਂ ਕੀਤਾ ਐਪ ਡਾਊਨਲੋਡ ਉਹ ਐਪ ਤਾਂ ਇਦਾਂ ਦਾ ਵਾ ਬਾਈ ਹੈ ਨਾ ਤੁਹਾਡੀ ਗੱਡੀ ਚ ਉਹਨੇ ਹੋਰ ਵੀ ਉਹਦੇ ਤੇ ਮੈਂ ਸਪੈਸ਼ਲ ਵੀਡੀਓ ਬਣਾਉਂਗਾ ਨਾਲੇ ਕੋਡਿੰਗ ਦਾ ਤੁਹਾਨੂੰ ਸਮਝਾ ਦੂੰਗਾ ਉਹਦੇ ਨਾਲ ਤੁਸੀਂ ਕਿੰਨੇ ਹੋਰ ਫੰਕਸ਼ਨ ਵੀ ਗੱਡੀ ਦੇ ਵਿੱਚ ਐਡ ਕਰ ਸਕਦੇ ਹੋ ਜਿੱਦਾਂ ਹੈ ਨਾ ਜਿਵੇਂ ਹੁਣ ਕਈ ਗੱਡੀਆਂ ਤੇ ਬਲੂਟੁੱਥ ਆਪਣਾ ਟੈਲੀਫੋਨ ਲਈ ਆਪਣਾ ਯੂਜ਼ ਹੁੰਦਾ ਬਲੂਟੁੱਥ ਹੈ ਨਾ ਤੇ ਉਦਾਂ ਆਪਣਾ ਬਲੂਟੁੱਥ ਦੇ ਨਾਲ ਗਾਣੇ ਨਹੀਂ ਚੱਲਦੇ ਹੈਗੇ ਕਿਉਂਕਿ ਬੀ ਐਮ ਵਾਲਿਆਂ ਨੇ ਕੀ ਕੀਤਾ ਹੋਇਆ ਵਾ ਹੈ ਇਹਦੇ ਵਿੱਚ ਸਾਰੇ ਹੀ ਫੰਕਸ਼ਨ ਨੇ ਟੋਟਲੀ ਇਹ ਗੱਡੀ ਦੇ ਵਿੱਚ ਹੈ ਨਾ ਇਹ ਜਿਵੇਂ ਤੁਸੀਂ ਬੇਸ ਮਾਡਲ ਲੰਨੇ ਜਿਵੇਂ ਮੇਰੀ ਹੈਗੀ ਆ ਇੱਕ ਤਾਂ ਐਮ स्पोर्ट ਆ ਜਾਂਦੀ ਆ ਹੈ ਨਾ ਜਿੱਦਾਂ ਐਮ ਸਪੋਰਟਸ ਹੈ ਨਾ ਹੁਣ ਸਟੀering ਮੇਰਾ ਐਮ ਸਪੋਰਟਸ ਵਾਲਾ ਲੱਗ ਗਿਆ ਤਕਰੀਬਨ ਗੱਡੀ ਉਹ ਐਮ ਸਪੋਰਟਸ ਬਣ ਗਈ ਆ ਸਾਰੀ ਆਹ ਫੰਕਸ਼ਨ ਸਾਰੇ ਹੁੰਦੇ ਆ ਐਮ ਸਪੋਰਟਸ ਤੇ ਬਾਹਰ ਬੋਡੀ ਕੱਟ ਦਾ ਪਾਰਕ ਹੁੰਦਾ ਉਹਨਾਂ ਨੇ ਪਾਏ ਸਾਰੀ ਗੱਡੀ 'ਚ ਨੇ ਪਰ ਉਹਨਾਂ ਤੋਂ ਆਪਾਂ ਐਕਸਟਰਾ ਪੈਸੇ ਦੇ ਕੇ ਮਤਲਬ ਹੈ ਨਾ ਉਹਨਾਂ ਲੋਕ ਖਲਾ ਸਕਦੇ ਆ ਉਹ ਬਹੁਤ ਜਿਆਦੇ ਚਾਰਜ ਕਰਦੇ ਆ ਜੇ ਆਪਾਂ ਬੀਐਮ ਵਾਲੇ ਦੇ ਸ਼ੋਅਰੂਮ ਚ ਜਾਈਏ ਪਰ ਇਦਾਂ ਹੀ ਇੱਕ ਬਾਈ ਨੇ ਕਿਸੇ ਨੇ ਬਹੁਤ ਵਧੀਆ ਐਪ ਬਣਾਇਆ ਵਾ ਬੀਮਰ ਕੋਡ ਹੈ ਨਾ ਉਹਦੇ ਤੇ ਮੈਂ ਤੁਹਾਨੂੰ ਸਾਰੀ ਵੀਡੀਓ ਬਣਾਉਂਗਾ ਬਾਈ ਸਾਰੇ ਫੰਕਸ਼ਨ ਦੱਸੂਗਾ ਬਹੁ ਫੰਕਸ਼ਨ ਚੇਂਜ ਕਰ ਸਕਦੇ ਆ ਉਹਦੇ ਨਾਲ ਤੁਸੀਂ ਗੱਡੀ ਚ ਐਨ ਮਤਲਬ ਟਾਪ ਲੋਡਡ ਗੱਡੀ ਬਣਾ ਸਕਦੇ ਹੋ ਆਪਦੀ ਹੈ ਨਾ ਬਹੁਤ ਬਰਥੀਦਾ 50 ਪਾਉਂਡ ਦਾ ਐਪ ਆ ਹੈ ਨਾ ਤੇ ਆ 22 ਪਾਉਂਡ ਦਾ ਆ ਵਿਪਾਕ ਦਾ ਆ ਮੈਂ ਐਮਾਜ਼ਨ ਤੋਂ ਮੰਗਾਇਆ ਇਹਦਾ ਮੈਂ ਇਹਦਾ ਵੀ ਲਿੰਕ ਜਰਨਾ ਮੈ ਤਾਂ ਉਹ ਬਿਮਰ ਕੋਡ ਵਾਲੀ ਪਾਉਂਗਾ ਵੀਡੀਓ ਉਹਦੇ ਵਿੱਚ ਇਹਨਾਂ ਦੇ ਸਾਰਿਆਂ ਦੇ ਲਿੰਕ ਪਾ ਦੂੰਗਾ ਮੇਰਾ ਸਟੀering ਦੇ ਉੱਤੇ ਟੋਟਲ ਖਰਚ ਆਇਆ ਵਾ ਜਿਵੇਂ 144 ਦਾ ਸਟੀering 20 ਪਾਉਂਡ ਦਾ ਇਹ ਕਿੰਨੇ ਹੋਗੇ ਜੀ 164 ਤੇ 50 ਪਾਉਂਡ ਦਾ ਐਪ ਉਹ ਤਾਂ ਐਪ ਚੱਲ ਮੇਰਾ ਸਦਾ ਬਹਾਰ ਲਈ ਹੋ ਗਿਆ ਮੇਰੇ ਕੋਲ ਕੱਲੂ ਹੋਰ ਵੀ ਕੋਈ ਗੱਡੀ 'ਚ ਕੋਈ ਵੀ ਕੁਝ ਹੁੰਦਾ ਵਾ ਮੈਂ ਚੇਂਜ ਕਰਨਾ ਵਾ ਉਹ ਮੇਰੀ ਪੱਕੀ ਚੀਜ਼ ਬਣ ਗਈ ਮੋਬਾਈਲ ਦੇ ਉੱਤੇ ਡਾਊਨਲੋਡ ਕਰ ਲਿਆ ਵਾ ਹਨਾ ਬਿਮਰ ਕੋਡ ਮਤਲਬ ਯਾਰ ਬਹੁਤ ਵਧੀਆ ਵਾ ਬਾਹਰ ਬਾਹਰੋਂ ਬਚੋ ਪੈਸੇ ਜਿੰਨੇ ਬਚਦੇ ਆ ਬਚਾਓ ਬਾਈ ਤੇ ਆਪਦਾ ਆਪ ਕਰੋ ਕੋਈ ਵੀ ਕੰਮ ਇਦਾਂ ਦਾ ਕਰਨਾ ਤੇ ਨਾਲੇ ਆਪਦਾ ਸ਼ੌਂਕ ਪੂਰਾ ਕਰੋ ਠੀਕ ਆ ਵੀਰੇ ਓਕੇ ਬਾਏ ਯਾਰ ਸਾਰਿਆਂ ਨੂੰ ਸასი ਕਾਲ